ਅੱਜ ਅਸੀਂ ਲੀਡਰ ਦੀ ਗੱਲ ਮੰਨੀਏ ਕਿ ਪਹਿਲਾਂ ਸਾਨੂੰ ਰਾਜ ਦਿਓ, ਫਿਰ ਅਸੀਂ ਧਰਮ ਨੂੰ ਦੇਖਾਂਗੇ, ਅਤੇ ਫਿਰ ਇੱਕ ਬਾਦਲ ਹੋਰ ਜੰਮ ਪਵੇ ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਲੱਭਣਾ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਕੇ ਚੈਲੇਂਜ ਕਰਕੇ ਪਾੜਿਆ ਬਰਗਾੜੀ 'ਚ, ਬੁਰਜ ਜਵਾਹਰ ਸਿੰਘ ਵਾਲਾ 'ਚ। ਇਹ ਕੱਲ੍ਹ ਦੀਆਂ ਗੱਲਾਂ ਨੇ, ਕੋਈ ਮੁੱਕਰ ਕੇ ਦਿਖਾ ਦੇ। ਚੈਲੇਂਜ ਕਰਕੇ ਚੋਰੀ ਕੀਤਾ ਅਤੇ ਪਾੜਿਆ, ਅਤੇ ਪਾੜੇ ਵਾਲੇ ਦੀ ਸ਼ਰਨਦਾਤਾ ਕੌਣ ਬਣਿਆ? ਪ੍ਰਕਾਸ਼ ਸਿੰਘ ਬਾਦਲ। 3 ਸਾਲ ਉਹਦੀ ਪੁਸ਼ਪਨਾਹੀ ਕੀਤੀ, ਉਹਨੂੰ ਪੁਲਿਸ ਦਿੱਤੀ, ਉਹਦੀ ਸੁਰੱਖਿਆ ਕੀਤੀ ਕਿ ਇਹਨੂੰ ਕੋਈ ਸਿੱਖ ਮਾਰ ਨਾ ਦੇਵੇ। ਕਿਉਂ ਕੀਤੀ? ਇਹ ਸੱਚ ਬੋਲ ਦੇਵੇ ਅੱਜ ਵੀ। ਇਹ ਪ੍ਰਕਾਸ਼ ਸਿੰਘ ਬਾਦਲ 3 ਸਾਲ ਬਾਅਦ CM ਰਿਹਾ ਅਤੇ ਦੱਸੇ ਕਿ ਇਹਨੇ ਗੁਰੂ ਗ੍ਰੰਥ ਸਾਹਿਬ ਨੂੰ ਪਾੜ ਕੇ ਖਿਲਾਰਨ ਵਾਲੇ ਦਾ ਇਹ ਮਾਮਾ ਚੰਦੂ ਕਿਉਂ ਬਣਿਆ? ਇਹਨੇ ਉਹਨੂੰ ਪੁਲਿਸ ਦੀ ਪਾਰਟੀ ਕਿਉਂ ਦਿੱਤੀ? ਉਹਦੀ ਸੁਰੱਖਿਆ ਕਰਨ ਲਈ। ਉੱਥੋਂ ਟੈਲੀਫੋਨ 'ਤੇ ਚੰਡੀਗੜ੍ਹ 'ਚ 3 ਸਾਲ ਇਹਦੇ ਕੰਮ ਕਿਉਂ ਕੀਤੇ? ਇਹ ਸੱਚ ਬੋਲ ਦੇਵੇ, ਮੈਂ ਸਾਰੀ ਜ਼ਿੰਦਗੀ ਇਹਦਾ ਪਾਣੀ ਭਰੂੰਗਾ ਜੇ ਸੱਚ ਬੋਲ ਦੇਵੇ। ਸਾਨੂੰ ਦੱਸ ਦੇ ਕਿ 3 ਸਾਲ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ? ਉਹਦੇ ਖਿਲਾਫ FIR ਦਰਜ ਕਿਉਂ ਨਹੀਂ ਕੀਤੀ? ਇਹ ਸਾਨੂੰ ਅੱਜ ਕਹਿੰਦਾ ਮੈਂ ਕਦੀ ਝੂਠ ਨਹੀਂ ਬੋਲਿਆ, ਅਤੇ ਸੱਚ ਬੋਲਦੇ ਕਿ ਜਿਹੜੀ ਪੁਲਿਸ ਨੇ AK-47 ਨਾਲ 2 ਬੱਚਿਆਂ ਨੂੰ ਵਿੰਨ ਛੱਡਿਆ, 100 ਆਦਮੀ ਜ਼ਖਮੀ ਕਰਤੇ, ਤੇਰੀ ਗੰਦੀ ਜ਼ਬਾਨ ਨੇ ਕਿਹਾ ਕਿ ਅਗਿਆਤ ਪੁਲਿਸ ਮਾਰ ਗਈ, ਤੂੰ ਸੱਚ ਬੋਲਦੇ? ਤੈਨੂੰ ਪਤਾ ਨਹੀਂ ਕਿਹੜੇ ਪੁਲਿਸ ਅਫਸਰ ਨੇ ਮਾਰਿਆ? ਸੱਚ ਬੋਲ ਜੇ ਬੋਲ ਸਕਦਾ ਤਾਂ ਅਸੀਂ ਸੁਣੀਏ। ਖਾਲਸਾ ਜੀ, ਇਸ ਨੇ ਗੁਰੂ ਡੰਮ ਨੂੰ ਨਿਰੰਕਾਰੀਆਂ ਦੇ ਟਾਈਮ ਤੋਂ ਪਾਲਿਆ। ਕੀ ਉਹ ਨੂਰਮੇਲੀਆ, ਕੀ ਉਹ ਸੱਚਾ ਸੌਦੇ ਝੂਠੇ ਸੌਦੇ ਵਾਲਾ, ਕੀ ਇਹ ਪੁਨਿਆਰੇ ਵਾਲਾ, ਪੁਨਿਆਰਾਂ ਵਾਲਾ? 17 ਦਫ਼ਾ ਉਸਨੇ ਉਹਦੇ ਚੇਲਿਆਂ ਨੇ ਸਰੂਪ ਸਾੜੇ ਪਿੰਡਾਂ 'ਚ ਸਰਕਾਰ ਬਾਦਲ ਦੀ, ਅਤੇ ਉਸਨੂੰ ਇਸਨੇ 250 ਏਕੜ ਜ਼ਮੀਨ ਜੰਗਲਾਤ ਦੀ ਦੇ ਕੇ ਫਾਰਮ ਹਾਊਸ ਬਣਵਾਇਆ ਉਹਦਾ। ਫਿਰ ਉੱਥੇ 2 ਪੱਠੇ ਚੱਲ ਰਹੇ ਉਹਦੇ ਬਿਨਾਂ ਲਾਇਸੈਂਸ ਦੇ, ਅਤੇ ਜੈੱਡ ਸ਼੍ਰੇਣੀ ਦੀ ਸਿਕਿਉਰਿਟੀ ਦਿੱਤੀ ਉਹਨੂੰ, ਤੇਲ ਉਹਦਾ ਗੌਰਮੈਂਟ ਨੇ ਪਾਇਆ। ਇਹ ਹੁਣ ਤੂੰ ਦੱਸ ਦੇ ਪੰਥ ਦਾ ਖਾ ਕੇ ਅਤੇ ਦੁੱਲੇ ਦੀ ਦੁਕਾਨ 'ਤੇ ਕਿਉਂ ਭੌਂਕਿਆ? ਸੱਚ ਦੱਸ ਦੇ ਸਾਨੂੰ, ਅਸੀਂ ਤੇਰਾ ਸਾਰੀ ਜ਼ਿੰਦਗੀ ਪਾਣੀ ਭਰਾਂਗੇ।